ਆ ਵੀਡੀਓ ਹੈਗੀ ਅੰਮ੍ਰਿਤਸਰ ਦੀ ਰਣਜੀਤ ਐਵਨਿਊ ਦੀ ਤੇ ਹਰ ਮੇਰੇ ਵੀਰ ਨੇ ਸ਼ੇਅਰ ਕਰਨੀ ਆ ਹਰ ਕਿਤੇ ਜਾਣੀ ਚਾਹੀਦੀ ਆ ਆ ਜਿਹੜਾ ਬੰਦਾ ਸਾਹਮਣੇ ਰਿਕਸ਼ਾ ਪਲਟਾ ਕੇ ਹੁਣੇ ਹੁਣੇ ਸਾਡੇ ਸਾਹਮਣੇ ਰਿਕਸ਼ਾ ਪਲਟਾ ਕੇ ਲੇਟ ਗਿਆ ਵਾ ਅਸੀਂ ਇਹਨੂੰ ਚੱਕ ਕੇ ਸਿੱਧਾ ਕਰਕੇ ਗਏ ਆ ਤੇ ਯੂ ਟਰਨ ਲੈ ਕੇ ਆਏ ਆ ਬਈ ਪਹਿਲਾਂ ਤੈਨੂੰ ਪੁੱਛਿਆ ਵੀ ਕੀ ਹੋਇਆ ਤੈਨੂੰ ਕਿਸੇ ਨੇ ਮਾਰਿਆ ਕਹਿੰਦਾ ਕਾਰ ਵਾਲਾ ਮਾਰ ਕੇ ਭੱਜ ਗਿਆ ਫਿਰ ਦੁਬਾਰਾ ਭੀੜ ਰੁਕ ਜਾਂਦੀ ਆ ਥੋੜੀ ਦੇਰ ਨੂੰ ਜਦੋਂ ਕੋਈ ਰੋਲਾ ਨਹੀਂ ਪੈਂਦਾ ਕੋਈ ਵੇਖਣ ਵਾਲਾ ਨਹੀਂ ਹੁੰਦਾ ਤੇ ਰਿਕਸ਼ਾ ਸਿੱਧਾ ਕਰ ਦਿੰਦੇ ਲੋਕੀ ਇਹ ਐਕਚੁਅਲੀ ਬਹਾਨੇ ਲੱਭਣ ਡਿਆ ਵਾ ਵੀ ਕਿਸੇ ਤੇ ਇਲਜ਼ਾਮ ਲਾਇਆ ਜਾਵੇ ਵੀ ਰਿਕਸ਼ਾ ਇਹ ਕਾਰ ਲਾ ਕੇ ਭੱਜ ਗਿਆ ਜਾਂ ਕਿ ਅਸੀਂ ਪਿੱਛੇ ਖੜੇ ਇਹਦੀ ਵੀਡੀਓ ਬਣਾਉਣ ਡਏ ਇੱਕ ਵਾਰੀ ਇਹ ਦੂਜੀ ਵਾਰੀ ਰਿਕਸ਼ਾ ਸਿੱਧਾ ਹੋਣ ਲੱਗਾ ਇਹਦਾ ਤੇ ਇਹ ਇਸ ਟਾਈਮ ਕਿਹੜਾ ਅੰਮ੍ਰਿਤਸਰ ਰਣਜੀਤ ਐਵਨਿਊ ਬਲੋਕ ਬੀ ਦੇ ਵਿੱਚ ਅਸੀਂ ਇਸ ਟਾਈਮ ਹੈਗੇ ਆ ਇੱਕ ਵਾਰੀ ਤਾਂ ਅਸੀਂ ਇਹਦਾ ਰਿਕਸ਼ਾ ਸਿੱਧਾ ਕਰ ਗਏ ਆ ਤੇ ਹੁਣ ਇਹਦਾ ਫਿਰ ਕੋਈ ਬੰਦਾ ਰੋਕ ਕੇ ਰਿਕਸ਼ਾ ਸਿੱਧਾ ਕਰ ਗਿਆ ਐਕਚੁਅਲੀ ਜਾਂਦਾ ਇਹਨੂੰ ਇਹਦਾ ਮੌਕਾ ਨਹੀਂ ਬਣਨ ਡਿਆ ਵੀ ਜਿਸ ਟਾਈਮ ਰਿਕਸ਼ਾ ਪਲਟਾਉਂਦਾ ਕਿਸੇ ਕਾਰ ਚ ਵੱਜੇ ਪਤਾ ਨਹੀਂ ਇਹ ਚਾਹੁੰਦਾ ਕੀ ਆ ਇੱਕ 10 ਸੈਕਿੰਡ ਦੀ ਮੈਂ ਦੇਰੀ ਹੋ ਗਈ ਸੀ ਮੇਰੇ ਸਾਹਮਣੇ ਰਿਕਸ਼ਾ ਪਲਟਾਇਆ ਇਹਨੇ ਫਿਰ ਇਹ ਫਿਰ ਵੇਖਾਂਗੇ ਅਸੀਂ ਇੱਥੇ ਰੋਕ ਕੇ ਦੁਬਾਰਾ ਕੋਈ ਗੱਲ ਨਹੀਂ ਲੈ ਕੇ ਆਉਂਦੇ ਹਾਂ ਹੁਣ ਤੁਸੀਂ ਵੇਖਦੇ ਹੋ ਬੰਦਾ ਸਿੱਧਾ ਕਰ ਗਿਆ ਇਹਦਾ ਰਿਕਸ਼ਾ ਇਹ ਫੇਰ ਆ ਰਿਹਾ ਪਿੱਛੇ ਇੱਥੇ ਉਹ ਇਹਨੂੰ ਪੈਸੇ ਦੇ ਕੇ ਚੱਲ ਗਿਆ 30-40 ਰੁਪਏ ਇਹ ਉੱਠ ਕੇ ਕਹਿੰਦਾ ਵਾ ਬਈ ਮੈਨੂੰ ਆਹ ਇੰਨੀ ਮਦਦ ਕਰੋ ਇਹ ਉਹ ਜਾਂ ਫਿਰ ਇਹ ਉਹ ਇਹਨੇ ਸੱਚੀ ਕਿਸੇ ਠੋਕ ਦੇਣਾ ਜੇ ਹੁਣ ਇਹ ਖਾਲੀ ਹੋ ਗਏ ਸਾਰੀ ਸੜਕ ਹੁਣ ਇਹ ਮੌਕਾ ਭਾਲਣ ਡਿਆ ਕਿਸੇ ਇਹ ਰਿਕਸ਼ਾ ਪਲਟਾਊਗਾ ਹੁਣ ਇਹ ਚੱਕ ਲੈਣਾ ਇਹਨੇ ਹੁਣੇ ਇਹ ਉਹ ਪਲਟਾ ਤਾ ਇਹਨੇ ਉਹ ਲੇਟ ਗਿਆ ਆ ਫਿਰ ਕਾਰ ਵਾਲੇ ਸਿੱਧੇ ਕਰਨਗੇ ਇਹਨੂੰ ਨੀ ਕੋਈ ਗੱਲ ਨੀ ਹੁਣ ਲੋਕ ਹੁਣ ਇਹ ਆ ਕਿ ਵੇਖਣ ਵਾਲਿਆਂ ਨੂੰ ਐ ਲੱਗਦਾ ਹੋਊਗਾ ਕਿ ਕਾਰ ਵਾਲੇ ਨੇ ਇਹਨੂੰ ਮੁੱਦਾ ਕੀਤਾ ਰਿਕਸ਼ਾ ਇਹਨੇ ਘੱਟੋ ਘੱਟ 4-5 ਵਾਰੀ ਦਾ ਸਾਹਮਣੇ ਪਲਟਾ ਦਿੱਤਾ ਵਾ ਹੁਣ ਮੈਂ ਬਾਹਰ ਆ ਕੇ ਖੜਾ ਹੋ ਗਿਆ ਵੀ ਇਹ ਕਿਸੇ ਨੂੰ ਜ਼ਰੂਰ ਫਸਾਊਗਾ ਤੇ ਪਰ ਇਸ ਤੋਂ ਬਾਅਦ ਅਸੀਂ ਇੱਥੇ ਲਾਗੇ ਪੁਲਿਸ ਖੜੀ ਆ ਉਹਨਾਂ ਨੂੰ ਜਾ ਕੇ ਇਨਫੋਰਮੇਸ਼ਨ ਦੇਵਾਂਗੇ ਬਈ ਇਹਨੂੰ ਜਾ ਕੇ ਕਰੋ ਸਿੱਧਾ ਤੇ ਐਵੇਂ ਕਿਸੇ ਦੇ ਉੱਪਰ ਇਲਜ਼ਾਮ ਲਾਊਗਾ ਜਾਂ ਆਪਣੇ ਆਪ 'ਤੇ ਸੱਟ ਲਵਾ ਲਓ ਇੱਥੇ ਬਾਹਰ ਆ ਗਿਆ ਬਾਹਰ ਖੜਾ ਹੋ ਕੇ ਵੀਡੀਓ ਬਣਾ ਰਿਹਾ ਜੀ ਸ਼ਾਇਦ ਉਹਨੇ ਮੈਨੂੰ ਦੇਖ ਲਿਆ ਇਹ ਹੁਣ ਇਹਨੇ ਲੰਮੇ ਪੈ ਜਾਣਾ ਇਹ ਅੰਮ੍ਰਿਤਸਰ ਦਾ ਰਣਜੀਤ ਐਵਨਿਊ ਆ ਜਿੱਥੇ ਵਿਸ਼ਾਲ ਮੈਗਾ ਮਾਰਟ ਆ ਉਹਦੇ ਸਾਹਮਣੇ ਵਾਲਾ ਚੌਂਕ ਆ ਇਹ ਤੇ ਜਿੰਨੇ ਵੀ ਰਾਹਗੀਰ ਆਉਣ ਵਾਲੇ ਵੀਡੀਓ ਦੇਖ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਸੀਂ ਇਹੋ ਜਿਹੇ ਕਿਤੇ ਹੈਲਪ ਕਰਨ ਲਈ ਰੁਕੋ ਤਾਂ ਉਹਦੇ ਝਮੇਲਿਆਂ 'ਚ ਨਾ ਕਿਤੇ ਫਸ ਜਾਓ